ਅਕਾਲੀ ਦਲ ਵੱਲੋਂ ਬਠਿੰਡਾ ਅਤੇ ਫਿਰੋਜ਼ਪੁਰ ਸੀਟ ਤੋਂ ਆਪਣੇ ਉਮੀਦਵਾਰ ਐਲਾਨੇ ਜਾ ਚੁੱਕੇ ਨੇ, ਜਿਸ ਤੋਂ ਬਾਅਦ ਵਿਰੋਧੀਆਂ ਵੱਲੋਂ ਤਿੱਖੇ ਤੰਜ ਕਸਣ ਦਾ ਦੌਰ ਵੀ ਸ਼ੁਰੂ ਹੋ ਗਿਆ। ਉਧਰ ਆਪ ਤੋਂ ਸਾਂਸਦ ਭਗਵੰਤ ਮਾਨ ਨੇ ਚੁਟਕੀ ਲੈਂਦਿਆਂ ਕਿਹਾ ਕਿ ਅਕਾਲੀ ਦਲ ਹਮੇਸ਼ਾ ਹੀ ਆਪਣੇ ਪਰਿਵਾਰ ਨੂੰ ਟਿਕਟ ਦਿੰਦਾ ਅਤੇ ਕਿਸੇ ਵੀ ਜਥੇਦਾਰ ਨੂੰ ਉਹਨਾਂ ਨੇ ਟਿਕਟ ਨਹੀਂ ਦਿੱਤੀ। ਭਗਵੰਤ ਮਾਨ ਨੇ ਤਿੱਖਾ ਤੰਜ ਕੱਸਦਿਆਂ ਕਿਹਾ ਕਿ ਅਕਾਲੀ ਦਲ ਨੇ ਕਾਂਗਰਸ ਨਾਲ ਸੈਟਿੰਗ ਕਰਕੇ ਪਤੀ ਪਤਨੀ ਨੂੰ ਟਿਕਟ ਦਿੱਤੀ ਹੈ, ਜਿਸ ਤੋਂ ਬਾਅਦ ਇਹਨਾਂ ਸੀਟਾਂ ਤੇ ਉਹਨਾਂ ਨੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ। ਮਾਨ ਨੇ ਕਿਹਾ ਕਿ ਹਮੇਸ਼ਾ ਹੀ ਆਪਣੇ ਪਰਿਵਾਰ ਨੂੰ ਟਿਕਟ ਦਿੱਤੀ ਜਾਂਦੀ ਹੈ। ਬਠਿੰਡਾ ਦੇ ਵਿੱਚ ਹਰਸਿਮਰਤ ਕੌਰ ਬਾਦਲ, ਫਿਰੋਜ਼ਪੁਰ ਸੀਟ ਤੋਂ ਸੁਖਵੀਰ ਸਿੰਘ ਬਾਦਲ, ਜਦਕਿ ਸੰਗਰੂਰ ਤੋਂ ਸੁਖਦੇਵ ਸਿੰਘ ਢੀਂਡਸਾ ਦੇ ਮਨਾ ਕਰਨ ਦੇ ਬਾਵਜੂਦ ਵੀ ਉਹਨਾਂ ਦੇ ਪੁੱਤਰ ਪਰਵਿੰਦਰ ਸਿੰਘ ਢੀਂਡਸਾ ਨੂੰ ਟਿਕਟ ਦਿੱਤੀ ਗਈ, ਜਿਸ ਤੋਂ ਪਤਾ ਲੱਗਦਾ ਹੈ ਕਿ ਕਾਂਗਰਸ ਅਤੇ ਅਕਾਲੀਆਂ ਦੀ ਗੱਲਬਾਤ ਚੱਲ ਰਹੀ ਸੀ। ਅਜਿਹਾ ਹੀ ਉਹਨਾਂ ਨੇ 2017 ਦੇ ਵਿੱਚ ਵੀ ਕੀਤਾ ਸੀ। ਉਹਨਾਂ ਕਿਹਾ ਕਿ ਅਕਾਲੀਆਂ ਨੇ ਪਟਿਆਲਾ ਤੋਂ ਕਮਜ਼ੋਰ ਉਮੀਦਵਾਰ ਨੂੰ ਉਤਾਰਿਆ ਅਤੇ ਉਹੀ ਅਕਾਲੀ ਦਲ ਨੂੰ ਲੋਕ ਸਭਾ 'ਚ ਪਹੁੰਚਾਉਣਗੇ। ਇਸ ਲਈ ਕਾਂਗਰਸ ਨੇ ਬਠਿੰਡਾ ਅਤੇ ਫਿਰੋਜ਼ਪੁਰ ਤੋਂ ਵੀ ਉਹਨਾਂ ਦੀ ਕਾਂਗਰਸ ਨਾਲ ਗੱਲਬਾਤ ਸੀ, ਇਸ ਕਰਕੇ 2 ਸੀਟਾਂ ਤੋਂ ਉਮੀਦਵਾਰ ਦਾ ਐਲਾਨ ਬਾਅਦ ਦੇ ਵਿੱਚ ਕੀਤਾ ਗਿਆ। ਭਗਵੰਤ ਮਾਨ ਨੇ ਹੋਰ ਕੀ ਕਿਹਾ ਉਹ ਵੀ ਜ਼ਰਾ ਸੁਣ ਲੈਂਦੇ ਹਾਂ। ਫਿਰੋਜ਼ਪੁਰ ਅਤੇ ਬਠਿੰਡੇ ਦੀ ਟਿਕਟ ਕਾਂਗਰਸ ਨੇ ਥੋੜ੍ਹੀ ਦਿੱਤੀ, ਅਕਾਲੀਆਂ ਨੇ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਇਹ ਦੇ ਦਿਓ ਤਾਂ ਕਿ ਜਿਹੜਾ ਕਾਂਗਰਸ ਦੇ ਜਿਹੜੇ ਦੂਜੇ ਵਿਰੋਧ ਕਰਨ ਦਾ ਅਤੇ ਉਹ ਤੋਂ ਬਾਅਦ ਅਸੀਂ ਜਿੱਤ ਜਾਈਏ। ਉਹ ਰਾਜਾ ਬਰਿੰਗ ਜਿਹੜੇ ਬੰਦੇ ਇਹ ਕਹਿ ਰਹੇ ਨੇ ਕਿ ਅਸੀਂ ਇੰਨੇ ਵਧੀਆ ਸ਼ਮਸ਼ਾਨ ਘਾਟ ਬਣਾ ਦਿਆਂਗੇ ਕਿ ਉਹਨਾਂ ਨੂੰ ਦੇਖ ਕੇ ਤੁਹਾਡਾ ਆਪਣੇ ਆਪ ਹੀ ਮਰਨ ਨੂੰ ਜੀ ਕਰਿਆ ਕਰੂਗਾ। ਕੀ ਮਤਲਬ ਰਾਜਾ ਬਡਿੰਗ ਬਠਿੰਡੇ 'ਚ ਸ਼ਮਸ਼ਾਨ ਘਾਟਾਂ ਵਾਸਤੇ ਖੜਾ ਕੀਤਾ? ਵੀਕ ਤਾਂ ਲੰਬੀ ਤਾਂ ਹੋ ਗਈ ਨਾ, ਫਿਰ ਕਾਂਗਰਸ ਨਾਲ ਗੱਲ ਚੱਲਦੀ ਸੀ ਕਿ ਤੁਸੀਂ ਸਾਨੂੰ ਵੀਕ ਕੈਂਡੀਡੇਟ ਦਿਓ ਬਠਿੰਡਾ ਅਤੇ ਫਿਰੋਜ਼ਪੁਰ। ਸੋ ਇਸ ਕਰਕੇ ਉਹਨਾਂ ਨੇ ਫਿਰ ਅਕਾਲੀ ਦਲ ਨੇ ਵੀ ਵੀਕ ਕੈਂਡੀਡੇਟ ਦਿੱਤਾ ਹੈ ਪਟਿਆਲੇ ਤੋਂ, ਉਹੀ ਜਿਵੇਂ 2017 'ਚ ਹੋਇਆ ਸੀ। ਸੋ ਤਾਂ ਕਰਕੇ ਲੰਬਾ ਹੋ ਗਿਆ ਜਿਹੜਾ ਉਡੀਕ ਦਾ ਸਮਾਂ, ਕਿਉਂਕਿ ਕਾਂਗਰਸ ਨਾਲ ਗੱਲਬਾਤ ਕਰਕੇ ਫਿਰ ਦੁਬਾਰਾ ਆਏ ਨੇ। ਹੁਣ ਦੋਨੋਂ ਪਤੀ ਪਤਨੀ ਆ ਗਏ ਮੈਦਾਨ 'ਚ, ਇੱਥੋਂ ਢੀਂਡਸੇ ਦਾ ਮੁੰਡਾ, ਮਤਲਬ ਇਹ ਪਰਿਵਾਰਵਾਦ 'ਚ ਹੀ ਹੈ ਜੀ। ਤਾਂ ਤੋ ਕਿਸੇ ਵਲੰਟੀਅਰ ਜਾਂ ਜਥੇਦਾਰ ਨੂੰ ਟਿਕਟ ਨਹੀਂ ਮਿਲ ਸਕਦੀ, ਇਹ ਤਾਂ ਆਪਣੇ ਟੱਬਰ 'ਚ ਰੱਖਦੇ ਸਾਰਾ ਕੁਛ। ਬਸ ਉਹੀ ਹੈ ਜੀ, ਉਹ ਤਾਂ ਮੈਨੂੰ ਲੱਗਦਾ ਸੈਲਫ ਗੋਲ ਜ਼ਿਆਦਾ ਕਰਦੇ ਆ ਉਹ, ਅਤੇ ਬਠਿੰਡੇ ਦੇ ਲੋਕ ਸਮਝਦਾਰ ਨੇ ਜੀ। ਆਮ ਆਦਮੀ ਪਾਰਟੀ ਨੂੰ ਪਹਿਲਾਂ ਵੀ ਬਠਿੰਡੇ ਤੋਂ ਬਹੁਤ ਭਾਰੀ ਹੁੰਗਾਰਾ ਮਿਲਿਆ, ਇਸ ਵਾਰ ਵੀ ਪ੍ਰੋਫੈਸਰ ਬਲਜਿੰਦਰ ਕੌਰ ਦਾ ਇੱਕ ਪੜ੍ਹੇ ਲਿਖੇ ਉਮੀਦਵਾਰ ਨੇ, ਔਰ ਹਰਸਿਮਰਤ ਕੌਰ ਦਾ ਤੁਹਾਨੂੰ ਪਤਾ ਹੀ ਹੈ, ਉਹ ਤਾਂ ਗੋਟੀਆਂ ਗੁੱਟੀਆਂ ਜਾਂ ਲਾ ਕੇ ਕਰਦੇ ਹੁੰਦੇ ਆ, ਇਹਨੂੰ ਇੱਧਰੋਂ ਕਰ ਲਓ, ਉਹਦੇ ਨਾਲ ਗੁਪਤ ਮੀਟਿੰਗ ਕਰ ਲਓ। ਅਸੀਂ ਤਾਂ ਲੋਕਾਂ ਨਾਲ ਸਿੱਧੀ ਮੀਟਿੰਗ ਕਰ ਰਹੇ ਹਾਂ, ਬਰੋਟਿਆਂ ਥੱਲੇ, ਪਿੱਪਲਾਂ 'ਤੇ, ਥੜਿਆਂ 'ਚ, ਸੱਥਾਂ 'ਚ, ਉਹ ਜਿਹੜੀਆਂ ਪਬਲਿਕ ਦੇ ਵਿੱਚ ਆ ਰਹੀਆਂ ਨੇ।